ਇਹ ਸਾਲ ਸਾਰਿਆਂ ਦੇ ਲਈ ਔਖਾ ਤਾਂ ਰਿਹਾ ਹੀ ਹੈ ਪਰ ਇਸ ਮਹੀਨੇ ਤਿਉਹਾਰਾਂ ਦੀ ਵਜ੍ਹਾ ਤੋਂ ਸਾਰਿਆਂ ਦੇ ਚਿਹਰਿਆਂ ਤੇ ਥੋੜੀ ਜੀ ਮੁਸਕਾਨ ਤਾਂ ਆਈ ਹੀ ਹੈ। ਦੀਵਾਲੀ ਤਾਂ ਲੰਘ ਗਈ ਹੈ ਜੀ ਪਰ ਹੁਣ ਜਲਦ ਹੀ ਆਉਣ ਵਾਲਾ ਹੈ ਗੁਰਪੁਰਬ ਤੇ ਗੁਰਪੁਰਬ ਦੇ ਇਸ ਖਾਸ ਮੌਕੇ ਤੇ ਕੋਈ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਇੱਕ ਵੱਡਾ ਸਰਪ੍ਰਾਈਜ਼ ਤੇ ਇਹ ਸਰਪ੍ਰਾਈਜ਼ ਜੋ ਲੈ ਕੇ ਆ ਰਹੇ ਨੇ ਉਹਨਾਂ ਨੇ ਪਹਿਲਾਂ ਵੀ ਸਾਨੂੰ ਆਪਣੇ ਧਾਰਮਿਕ ਸੌਂਗ ਆਰ ਨਾਨਕ ਪਾਰ ਨਾਨਕ ਨਾਨਕ ਆਦ ਜੁਗਾਦ ਜੀਓ ਤੇ ਬਾਬਾ ਨਾਨਕ ਦੇ ਨਾਲ ਸਾਨੂੰ ਹਮੇਸ਼ਾ ਹੀ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਵੈਸੇ ਹੁਣ ਤੱਕ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਹਦੇ ਬਾਰੇ ਗੱਲ ਕਰ ਰਹੀ ਹਾਂ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਦਿਲਜੀਤ ਦੋਸਾਂਝ ਬਾਰੇ ਜੋ ਜਲਦ ਹੀ ਇਸ ਗੁਰਪੁਰਬ ਤੇ ਸਾਡੇ ਲਈ ਲੈ ਕੇ ਆ ਰਹੇ ਨੇ ਆਪਣਾ ਨਵਾਂ ਧਾਰਮਿਕ ਸੌਂਗ। ਸੌਂਗ ਦਾ ਨਾਂ ਹੈ ਜੀ ਪੈਗੰਬਰ, ਜਿਹਦਾ ਕਿ ਪੋਸਟਰ ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣੇ ਫੈਨਸ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਚੈੱਕ ਕਰੋ ਇਹਦਾ ਪੋਸਟਰ। ਹੁਣ ਪੋਸਟਰ ਦੇਖਣ ਤੋਂ ਬਾਅਦ ਅਸੀਂ ਹੁਣ ਗੱਲ ਕਰਨਾ ਚਾਹਾਂਗੇ ਜੀ ਇਸ ਸੌਂਗ ਦੇ ਕ੍ਰੈਡਿਟਸ ਬਾਰੇ। ਇਸ ਸੌਂਗ ਨੂੰ ਲਿਖਿਆ ਹੈ ਬੀਰ ਸਿੰਘ ਨੇ, ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ ਤੇ ਗਾਣੇ ਨੂੰ ਪ੍ਰੋਡਿਊਸ ਕੀਤਾ ਹੈ ਗੁਰਬੀਰ ਸਿੰਘ ਸਿੱਧੂ ਤੇ ਮਨਮੋਹਨ ਸਿੱਧੂ ਨੇ। ਸੌਂਗ ਜਲਦ ਹੀ ਰਿਲੀਜ਼ ਹੋਵੇਗਾ ਜੀ ਵਾਈਟ ਹਿਲ ਮਿਊਜ਼ਿਕ ਦੇ ਲੇਬਲ ਦੇ ਅੰਦਰ। ਹੁਣ ਤੱਕ ਦਿਲਜੀਤ ਦੋਸਾਂਝ ਨੇ ਇਸ ਸੌਂਗ ਦੀ ਰਿਲੀਜ਼ ਡੇਟ ਤਾਂ ਸਾਡੇ ਨਾਲ ਸ਼ੇਅਰ ਨਹੀਂ ਕੀਤੀ ਹੈ, ਬਟ ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹ ਇਸ ਧਾਰਮਿਕ ਸੌਂਗ ਨੂੰ ਸਾਡੇ ਲਈ ਜਲਦ ਹੀ ਰਿਲੀਜ਼ ਕਰਨਗੇ। ਹੁਣ ਜੇ ਤੁਸੀਂ ਵੀ ਇਸ ਧਾਰਮਿਕ ਸੌਂਗ ਦੀ ਓਨੀ ਹੀ ਉਡੀਕ ਕਰ ਰਹੇ ਹੋ ਤਾਂ ਤੁਸੀਂ ਆਪਣੇ ਆਨਸਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਹੁਣ ਮਿਲਦੇ ਹਾਂ ਤੁਹਾਨੂੰ ਜਲਦ ਹੀ ਨੈਕਸਟ ਵੀਡੀਓ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ।